ਸਾਸ਼ਰੇ ਕਾਲ ਸਾਰਿਆਂ ਨੂੰ ਮੈਂ ਹਾ ਸ਼ਿਫਾਲੀ ਐਸਟੀਵੀਚ ਤੁਹਾਡਾ ਸਵਾਗਤ ਕਰਦੀ ਹਾਂ ਦੋਸਤੋ ਸਾਡੀ ਅੱਜ ਦੀ ਮੋਟੀਵੇਸ਼ਨਲ ਸਟੋਰੀ ਹੈ No regret when time run ਟਾਈਮ ਨਿਕਲਣ ਤੋਂ ਬਾਅਦ ਪਛਤਾਉਂਦਾ ਕੀ ਫਾਇਦਾ ਦੋਸਤੋ ਸਾਡੀ ਅੱਜ ਦੀ ਸਟੋਰੀ ਹਾਂ ਇੱਕ ਮੁੰਡੇ ਅਤੇ ਕੁੜੀ ਵਾਰੇ ਇੱਕ ਕੁੜੀ ਇੱਕ ਮੁੰਡੇ ਨੂੰ ਬਹੁਤ ਹੀ ਪਿਆਰ ਕਰਦੀ ਆ ਉਹਦੇ ਲਈ ਕਿਸੇ ਵੀ ਹੱਦ ਤੋਂ ਜਾਣ ਲਈ ਤਿਆਰ ਹੁੰਦੀ ਆ ਉਹ ਉਹਨੂੰ ਸਪੈਸ਼ਲ ਫੀਲ ਕਰਾਉਣ ਲਈ ਉਹ ਹਰ ਇੱਕ ਕੰਮ ਕਰਦੀ ਆ ਜਿਹਦੇ ਨਾਲ ਮੁੰਡੇ ਨੂੰ ਖੁਸ਼ੀ ਮਿਲੇ ਪਰ ਉਹ ਮੁੰਡਾ ਥੋੜਾ ਜਿਹਾ ਫਲਰਟੀ ਹੁੰਦਾ ਹੈ ਉਹ ਦੂਜੀ ਕੁੜੀਆਂ ਦੇ ਪਿੱਛੇ ਆਪਣੀ ਗਰਲਫ੍ਰੈਂਡ ਨੂੰ ਹਮੇਸ਼ਾ ਹੀ ਇਗਨੋਰ ਕਰਦਾ ਹੈ ਉਹਦੇ ਨਾਲ ਲੜਦਾ ਹੈ ਜਿਹਦੇ ਨਾਲ ਉਹਦੀ ਗਰਲਫ੍ਰੈਂਡ ਬਹੁਤ ਹੀ ਦੁਖੀ ਹੁੰਦੀ ਆ ਹੌਲੀ ਹੌਲੀ ਟਾਈਮ ਨਿਕਲਦਾ ਜਾਂਦਾ ਹੈ ਉਹਦੀ ਗਰਲਫ੍ਰੈਂਡ ਉਹਨੂੰ ਕਹਿੰਦੀ ਆ ਕਿ ਮੈਂ ਤੁਹਾਡੇ ਬਿਨਾ ਨਹੀਂ ਰਹਿ ਸਕਦੀ ਤਾਂ ਮੈਂ ਤੁਹਾਡੇ ਨਾਲ ਵਿਆਹ ਕਰਾਉਣਾ ਚਾਹੁੰਦੀ ਆ ਉਹ ਮੁੰਡਾ ਆਪਣੀ ਘਰ ਗੱਲ ਕਰਦਾ ਹੈ ਤਾਂ ਕੁਝ ਟਾਈਮ ਬਾਅਦ ਦੋਨੋਂ ਦਾ ਵਿਆਹ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਵੀ ਮੁੰਡਾ ਸੁਧਰਦਾ ਨਹੀਂ ਹੈ ਉਹ ਦੂਜੀ ਕੁੜੀਆਂ ਦੇ ਚੱਕਰ ਵਿੱਚ ਆ ਕੇ ਫਿਰ ਉਹਨੂੰ ਇਗਨੋਰ ਕਰਦਾ ਹੈ ਉਹਨੂੰ ਮਾਰਦਾ ਹੈ ਕੁੱਟਦਾ ਹੈ ਇਹ ਸਹਿਣ ਕਰਦੇ ਕਰਦੇ ਕੁੜੀ ਬਹੁਤ ਹੀ ਦੁਖੀ ਹੋ ਜਾਂਦੀ ਹੈ ਇੱਕ ਦਿਨ ਉਹ ਡਿਪਰੈਸ਼ਨ 'ਚ ਚਲੀ ਜਾਂਦੀ ਹੈ ਤੇ ਉਹ ਮੁੰਡੇ ਨੂੰ ਪੁੱਛਦੀ ਹੈ ਕਿ ਤੁਸੀਂ ਮੇਰੇ ਤੋਂ ਕੀ ਚਾਹੁੰਦੇ ਹੋ ਉਹ ਮੁੰਡਾ ਕਹਿੰਦਾ ਹੈ ਕਿ ਜੇ ਤੂੰ ਮੇਰੀ ਖੁਸ਼ੀ ਚਾਹੁੰਦੀ ਹੈ ਮੈਂ ਇਹਨੂੰ ਮੈਨੂੰ ਛੱਡ ਕੇ ਕਿਤੇ ਹੋਰ ਚਲੀ ਜਾ ਉਹ ਉਹਨੂੰ ਡਿਵੋਰਸ ਦੇ ਕੇ ਉਹਨੂੰ ਛੱਡ ਕੇ ਤੁਰ ਕੇ ਚਲੀ ਜਾਂਦੀ ਆ ਕੁਝ ਟਾਈਮ ਬਾਅਦ ਉਹ ਮੁੰਡਾ ਕਿਸੇ ਹੋਰ ਕੁੜੀ ਨਾਲ ਵਿਆਹ ਕਰ ਲੈਂਦਾ ਹੈ ਜਿਹਦੇ ਨਾਲ ਉਹ ਵਿਆਹ ਕਰਦਾ ਹੈ ਉਹ ਉਸ ਕੁੜੀ ਨੂੰ ਬਹੁਤ ਹੀ ਪਿਆਰ ਕਰਨ ਲੱਗ ਜਾਂਦਾ ਹੈ ਲੇਕਿਨ ਉਹ ਕੁੜੀ ਉਹਦੀ ਕਦਰ ਨਹੀਂ ਕਰਦੀ ਹਰ ਗੱਲ ਵਿੱਚ ਉਹ ਮੁੰਡੇ ਨੂੰ ਟੌਰਚਰ ਕਰਦੀ ਹੈ ਇੱਕ ਦਿਨ ਉਹ ਮੁੰਡਾ ਬਿਮਾਰ ਹੋ ਜਾਂਦਾ ਹੈ ਤਾਂ ਉਹ ਕੁੜੀ ਉਹਨੂੰ ਕਹਿੰਦੀ ਹੈ ਕਿ ਮੈਂ ਹੁਣ ਤੇਰੇ ਨਾਲ ਨਹੀਂ ਰਹਿ ਸਕਦੀ ਮੈਂ ਜਾਣ ਲੱਗੀ ਹਾਂ ਉਹ ਉਹਨੂੰ ਛੱਡ ਕੇ ਚਲੀ ਜਾਂਦੀ ਹੈ ਤਾਂ ਉਹਨੂੰ ਰਿਅਲਾਈਜ਼ ਹੁੰਦਾ ਹੈ ਕਿ ਜਿਹੜੀ ਕੁੜੀ ਉਹਦੇ ਲਾਈਫ ਚ ਪਹਿਲਾਂ ਸੀ ਉਹਦੇ ਨਾਲ ਜ਼ਿਆਦਾ ਉਹਨੂੰ ਕੋਈ ਪਿਆਰ ਨਹੀਂ ਕਰ ਸਕਦਾ ਉਹ ਉਹਨੂੰ ਕਾਲ ਕਰਦਾ ਹੈ ਉਹਦਾ ਨੰਬਰ ਬੰਦ ਆਉਣ ਦੇ ਕਾਰਨ ਉਹ ਉਹਦੇ ਘਰ ਚਲਾ ਜਾਂਦਾ ਹੈ ਉਹ ਵੇਖਦਾ ਹੈ ਉਹ ਕੁੜੀ ਆਪਣੀ ਫੈਮਿਲੀ ਨਾਲ ਕਿਸੇ ਹੋਰ ਸ਼ਹਿਰ ਚ ਸ਼ਿਫਟ ਹੋ ਗਈ ਹੈ ਉਹ ਉਸੇ ਸ਼ਹਿਰ ਵਿੱਚ ਚਲਾ ਜਾਂਦਾ ਹੈ ਉਹ ਉਸ ਸ਼ਹਿਰ ਵਿੱਚ ਜਾ ਕੇ ਆਪਣੀ ਗਰਲਫ੍ਰੈਂਡ ਦੇ ਘਰ ਜਾਂਦਾ ਹੈ ਤਾ ਉਹ ਆਪਣੀ ਗਰਲਫ੍ਰੈਂਡ ਦੇ ਘਰ ਪਹੁੰਚ ਕੇ ਉਹਨੂੰ ਪਤਾ ਲੱਗਦਾ ਹੈ ਕਿ ਉਹਦੀ ਗਰਲਫ੍ਰੈਂਡ ਉਹ ਸ਼ਹਿਰ ਛੱਡ ਕੇ ਆਪਣੀ ਫੈਮਿਲੀ ਨਾਲ ਕਿਸੇ ਹੋਰ ਸ਼ਹਿਰ 'ਚ ਸ਼ਿਫਟ ਹੋ ਗਈ ਹੈ। ਉਹ ਉਸੇ ਸ਼ਹਿਰ 'ਚ ਚਲਾ ਜਾਂਦਾ ਹੈ ਤੇ ਉੱਥੇ ਪਹੁੰਚ ਜਾਂਦਾ ਹੈ। ਉਹ ਕਮਰ ਜਾ ਕੇ ਉਹ ਦੇਖਦਾ ਹੈ ਕਿ ਜਿਹੜੀ ਉਹਦੀ ਗਰਲਫ੍ਰੈਂਡ ਹੁੰਦੀ ਹੈ ਉਹ ਬੈੱਡ ਤੇ ਲੇਟੀ ਹੁੰਦੀ ਹੈ। ਉਹ ਉੱਥੇ ਜਾ ਕੇ ਉਹਦਾ ਹੱਥ ਫੜਦਾ ਹੈ ਤੇ ਉਹਨੂੰ ਕਹਿੰਦਾ ਸੋਰੀ ਬਾਬੂ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ। ਔਰ ਮੈਨੂੰ ਬਹੁਤ ਹੀ ਰਿਅਲਾਈਜ਼ ਹੈ ਤਾਂ ਮੈਂ ਤੇਰੇ ਨਾਲ ਦੁਬਾਰਾ ਆਪਣੀ ਜ਼ਿੰਦਗੀ ਬਿਤਾਉਣਾ ਚਾਹੁੰਦਾ ਹਾਂ। ਉਹ ਕੁੜੀ ਹਲਕੀ ਜਿਹੀ ਸਮਾਈਲ ਕਰਦੀ ਹੈ। ਤਾਈ ਉਹਦੀ ਮਾਂ ਉਥੇ ਆ ਜਾਂਦੀ ਹੈ ਉਹਦੀ ਮਾਂ ਉਹਨੂੰ ਕਹਿੰਦੀ ਹੈ ਬੇਟਾ ਇਹਨੂੰ ਬਲੱਡ ਕੈਂਸਰ ਹੈ ਔਰ ਇਹ ਕੁਝ ਹੀ ਦਿਨ ਦੀ ਮਹਿਮਾਨ ਹੈ ਉਹ ਮੁੰਡਾ ਬੜੀ ਹੈਰਾਨੀ ਨਾਲ ਉਹਦੀ ਮਾਂ ਨੂੰ ਵੇਖਦਾ ਹੈ ਔਰ ਰੋਣ ਲੱਗ ਜਾਂਦਾ ਹੈ ਤਾਂ ਹੀ ਉਹ ਕੁੜੀ ਉਹਦਾ ਮੁੰਡੇ ਦਾ ਹੱਥ ਫੜਦੀ ਹੈ ਉਹਨੂੰ ਇੱਕ ਡਾਇਰੀ ਦਿੰਦੀ ਹੈ ਉਹ ਡਾਇਰੀ ਜਿੱਦਾਂ ਹੀ ਫੜਦਾ ਹੈ ਔਰ ਪੜਦਾ ਹੈ ਉਸ ਡਾਇਰੀ 'ਚ ਉਹ ਹਰ ਇੱਕ ਮੂਮੈਂਟ ਲਿਖਿਆ ਹੁੰਦਾ ਹੈ ਜਿਹੜਾ ਉਹਨੂੰ ਸਪੈਸ਼ਲ ਫੀਲ ਕਰਾਉਣ ਲਈ ਉਹ ਕੁੜੀ ਲਿਖਦੀ ਹੈ ਲੇਕਿਨ ਲਾਸਟ ਪੇਜ 'ਤੇ ਲਿਖਿਆ ਹੁੰਦਾ ਹੈ ਕਿ ਜਦ ਵੀ ਮੈਂ ਮਰਾਂ ਜਦ ਵੀ ਮੇਰੀ ਮੌਤ ਆਵੇ ਉਹ ਮੁੰਡਾ ਮੇਰੇ ਕੋਲ ਹੋਵੇ ਔਰ ਮੈਂ ਉਹਦੀ ਗੋੱਚ ਉਹ ਇਹ ਵੇਖ ਕੇ ਪੜ ਕੇ ਬਹੁਤ ਹੀ ਦੁਖੀ ਹੋ ਜਾਂਦਾ ਹੈ ਜਦੋਂ ਡਾਇਰੀ ਬੰਦ ਕਰਦਾ ਹੈ ਉਹ ਵੇਖਦਾ ਹੈ ਕਿ ਉਸ ਕੁੜੀ ਦਾ ਸਰ ਉਹਦੀ ਗੋਚ ਚ ਹੁੰਦਾ ਹੈ ਔਰ ਉਹ ਉਸ ਕੁੜੀ ਨੂੰ ਵੇਖਦਾ ਹੈ ਤਾਂ ਤੱਕ ਉਹ ਕੁੜੀ ਮਰ ਚੁੱਕੀ ਹੁੰਦੀ ਹੈ ਔਰ ਬਹੁਤ ਹੀ ਪਛਤਾਉਂਦਾ ਹੈ ਪਰ ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹ ਕੁੜੀ ਮਰ ਜਾਂਦੀ ਹੈ ਤਾਂ ਦੋਸਤੋ ਮੈਂ ਉਸ ਹਰ ਇੱਕ ਮੁੰਡੇ ਨੂੰ ਇੱਕ ਹਰ ਇੱਕ ਕੁੜੀ ਨੂੰ ਇਹ ਮੈਸੇਜ ਦੇਣਾ ਚਾਹੂੰਗੀ ਕਿ ਟਾਈਮ ਰਹਿੰਦੇ ਹੀ ਆਪਣੇ ਲਾਈਫ ਪਾਰਟਨਰ ਦੀ ਕਦਰ ਕਰਨਾ ਸਿੱਖੋ ਉਹਨੂੰ ਇੰਪੋਰਟੈਂਸ ਦੇਣਾ ਸਿੱਖੋ ਧੰਨਵਾਦ